बिस्मिल्लाह रुहमान रहीम तमाम दोस्त मेरे भाई मेरे चैनल वाले सब दोस्तों मेरी तरफों असलामैकम उम्मीद है सब दोस्त खैरियत में होंगे तो भाई मेरे पजहत् सौ बाठ पंडरा प्ले करना है थाईलैंड लॉटरी का डराय चालीस सत्तर इकताली थले पंडरा प्ले करना है साल की आखिरी पट्टी के तवजो करनी मेरे दोस्त मेरे भाई ने बड़ा प्यारा एंगल बहुत ही जबरदस्त सैट ज मैं अपने दोस्तों ना शेयर करना है ਔਰ ਇਸ ਤੋਂ ਬਾਅਦ ਫਾਈਨਲ ਵੀਡੀਓ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਇਨਸ਼ਾਅੱਲਾ ਅੱਲਾ ਨੇ ਚਾਹਿਆ ਤੇ ਮੇਰੇ ਦੋਸਤਾਂ ਨੂੰ ਬਹੁਤ ਪਸੰਦ ਆ ਸੀ ਬਹੁਤ ਬੜਾ ਸੈੱਟ ਹੈ ਜਿਹੜਾ ਕਿ ਮੈਂ ਆਖਰੀ ਵੀਡੀਓ ਲੈ ਕੇ ਬੈਠਾ ਗਿਆ ਯਾਰ ਆਖਰੀ ਵੀਡੀਓ ਤੇ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਔਰ ਬੜਾ ਹੀ ਪਿਆਰਾ ਸੈੱਟ ਹੈ ਯਾਰ ਅੱਜ ਦੀ ਵੀਡੀਓ ਵੀ ਬੜੀ ਪਿਆਰੀ ਹੈ ਯਾਰ ਬਹੁਤ ਜ਼ਬਰਦਸਤ ਹੈ ਅਗਰ ਦੋਸਤ ਤਵੱਜੋ ਕਰਨਗੇ ਤਾਂ ਸਿੰਗਲ ਓਪਨ ਸਿੰਗਲ ਕਲੋਜ਼ ਸਿੰਗਲ ਸੈਂਟਰ ਸਿੰਗਲ ਚੌਥਾ ਫਿੰਗਰ ਤੇ ਗਾਇਬ ਦਿਲਮ ਤੇ ਯਾਰ ਅੱਲਾ ਦੀ ਜ਼ਾਤ ਕੋਲੇ ਕੋਸ਼ਿਸ਼ ਸ਼ੇਰ ਸਰਚੇ ਮਿਹਨਤੇ ਜਿਹੜੀ ਕਿ ਮੈਂ ਆਪਣੇ ਵੀਰਿਆਂ ਦੇ ਸਾਹਮਣੇ ਰੱਖਣ ਲੱਗਿਆ ਅੱਲਾਹ ਨੇ ਚਾਹੇ ਤੇ ਮੇਰੇ ਵੀਰਿਆਂ ਨੂੰ ਮੇਰੇ ਦੋਸਤਾਂ ਨੂੰ ਪਸੰਦ ਆਵੇਗੀ ਤਵੱਜੂ ਕਰਨੀ ਕਿ ਯਾਰ ਨਾ 15000 ਬੌਂਡ ਦੇ ਵਿੱਚ ਸਭ ਤੋਂ ਪਹਿਲੀ ਦਫਾ 02 ਦਾ ਬ੍ਰੋਕਰ ਆ ਲੱਗਿਆ 15000 ਬੌਂਡ ਤੇ ਬ੍ਰੋਕਰ ਆਕੜਾ 02 ਦਾ ਇਹ ਪਹਿਲੀ ਦਫਾ ਲੱਗਿਆ ਫਿਰ ਆ ਕੇ ਯਾਰ 02 ਦਾ ਬ੍ਰੋਕਰ ਆਕੜਾ ਇਹ ਦੂਸਰੀ ਦਫਾ ਲੱਗਿਆ ਅੱਜ 02 ਦਾ ਬ੍ਰੋਕਰ ਤੀਸਰੀ ਦਫਾ ਲੱਗ ਚੁੱਕਿਆ ਹੈ ਤੇ ਅਸੀਂ ਇਹਦੀ ਸੇਮ ਪੱਟੀ ਤੇ 1 ਮਹੀਨਾ ਅੱਗੇ ਡਰਾਅ ਪਲੇ ਕਰਨਾ ਹੈ ਅਸੀਂ ਇਹਦੀ ਸੇਮ ਪੱਟੀ 1 ਮਹੀਨਾ ਅੱਗੇ ਅਸੀਂ ਡਰਾਅ ਕਰਨਾ ਹੈ ਬੜੇ ਪਿਆਰੇ ਐਂਗਲ ਦੇ ਨਾਲ ਯਾਰ ਬੜਾ ਜ਼ਬਰਦਸਤ ਸੈੱਟ ਬਣਿਆ ਖੜਾ ਹੈ ਜਿਹੜਾ ਕਿ ਮੈਂ ਆਪਣੇ ਵੀਰਿਆਂ ਦੇ ਸਾਹਮਣੇ ਰੱਖਣ ਲੱਗਾ ਹਾਂ ਯਕੀਨ ਹੈ ਮੇਰੇ ਦੋਸਤਾਂ ਨੂੰ ਪਸੰਦ ਆਸੀ ਤੇ ਗੌਰ ਨਾਲ ਵੇਖਣਾ ਹੈ ਤਵੱਜਹ ਨਾਲ ਵੇਖਣਾ ਹੈ ਫਿਰ ਮੇਰੇ ਦੋਸਤਾਂ ਨੂੰ ਅੱਛੇ ਤਰੀਕੇ ਨਾਲ ਸਮਝ ਆਏਗੀ ਯਾਰ ਆ ਪਹਿਲੀ ਵਾਰ ਲੱਗਾ ਹੈ ਨਾ ਇੰਦੀ ਸਭ ਤੋਂ ਪਹਿਲੀ ਸ਼ਰਤ ਐ ਸੀ ਕਿ ਨੇ ਆਪਣੇ ਸਾਹਮਣੇ ਸੈਂਟਰ ਇੱਕ ਦਾ ਲਾਣਾ ਸੀ ਅੱਗੇ ਯਾਰ ਨਾ ਜਾ ਕੇ ਦੋ ਸਾਦਾ ਫਿਕਰ ਲਾਣਾ ਸੀ ਅਸੀਂ ਫਿਰ ਇਹਦੀ ਸੇਮ ਪੱਟੀ ਤੇ ਡਰਾ ਕਰਨਾ ਸੀ ਮਿਸਾਲ ਦੇ ਤੌਰ ਤੇ ਯਾਰ ਇਹਦੀ ਸੇਮ ਪੱਟੀ ਇੱਕ ਮਹੀਨਾ ਅੱਗੇ ਸੀ ਡਰਾ ਕਰਨਾ ਸੀ ਜਿਸਕੇ ਨਾਲ ਪਹਿਲੇ ਦੱਸਿਆ ਉਹਦੇ ਤਰੀਕੇ ਨਾਲ ਸਭ ਤੋਂ ਪਹਿਲੇ ਤੇ ਯਾਰ ਇਹਨੇ ਨਾ ਓਪਨ ਕੱਲਾ 5 ਦਾ ਲਾਣਾ ਸੀ ਤਵੱਜੋ ਕਰਨੀ ਪੂਰੀ ਪੀਸੀ ਲੱਗਦੀ ਪਈ ਮੈਂ ਪੂਰੀ ਪੀਸੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਐ ਲੱਗਿਆ ਯਾਰ ਇਹਦੀ ਸੇਮ ਪੱਟੀ ਆਈ ਆਖਰੀ ਪੱਟੀ ਇਹਨੇ ਸਿੰਗਲ ਓਪਨ ਪੰਜ ਦਾ ਹੀ ਲਾਣਾ ਸੀ ক্লোਜ਼ ਕਿਵੇਂ ਲੱਗਦਾ ਪਿਆ ਸੈਂਟਰ ਕਿਵੇਂ ਲੱਗਦਾ ਪਿਆ ਚੌਥਾ ਕਿਵੇਂ ਲੱਗਦਾ ਪਿਆ ਸਾਰੀਆਂ ਚੀਜ਼ਾਂ ਦੱਸਾਂਗਾ ਅੱਜ ਯਾਰ ਇਹ ਲੱਗਿਆ ਖਲੈਣ ਦੀ ਸੇਮ ਪੱਟੀਆਂ ਸੀ ਇੱਥੇ ਡਰਾ ਕਰਨਾ ਕਹਿੰਦਾ ਸਿੰਗਲ ਓਪਨ ਪੰਜ ਦਾ ਪਲੇ ਕਰੋ ਕਿ ਸ਼ਰਦਨ ਦੀ ਇਹ ਸੀ ਕਿ ਇਹਨੇ ਇੱਕ ਦਾ ਸੈਂਟਰ ਪਹਿਲੇ ਲਾਣਾ ਸੀ ਜਦੋਂ ਇਹ ਲੱਗਿਆ ਇਹਨੇ ਇੱਕ ਦਾ ਸੈਂਟਰ ਪਹਿਲੇ ਲਾਣਾ ਸੀ ਤੇ ਫਿਰ ਬਾਅਦ ਤੇ ਇਹਨੇ ਇਹ ਐਂਗਲ ਬਣਾਉਣਾ ਸੀ ਇਹ ਪਹਿਲੀ ਦਫਾ ਲੱਗਿਆ ਇੱਕਦਾ ਸੈਂਟਰ ਇਹਦੀ ਸੇਮ ਪੱਟੀ ਅੱਗੇ ਜਾਵਾਂਗੇ ਜਦੋਂ ਅਸੀਂ ਮਿਸਾਲ ਦੇ ਤੌਰ ਤੇ ਇਹਦੇ ਥੱਲੇ ਸੇਮ ਪੱਟੀ ਇੱਕ ਮਹੀਨਾ ਅੱਗੇ ਸੀ ਡਰਾ ਕਰਨਾ ਸੀ ਸਿੰਗਲ ਓਪਨ ਪੰਜ ਦਾ ਦੁਬਾਰਾ ਯਾਰ ਲੱਗਿਆ ਇਹਦੀ ਸੇਮ ਪੱਟੀ ਇਹਦੀ ਸੇਮ ਪੱਟੀ ਆਖਰੀ ਆਵੇਗੀ ਸਿੰਗਲ ਪੰਜ ਦਾ ਓਪਨ ਅੱਜ ਹੀ ਆ ਰਹੀ ਇਹਦੀ ਸੇਮ ਪੱਟੀ ਆਖਰੀ ਆ ਗਈ ਇੱਥੇ ਕਹਿੰਦਾ ਕਿ ਸਿੰਗਲ ਪੰਜ ਦਾ ਓਪਨ ਲਾਓ ਰੂਟੀਨ ਦੇ ਮੁਤਾਬਕ ਸਿੰਗਲ ਓਪਨ ਪੰਜ ਦਾ ਔਰ ক্লোਜ਼ ਕਿਵੇਂ ਸੈਂਟਰ ਕਿਵੇਂ ਯਾਰ ਬੜਾ ਹੀ ਕਮਾਲ ਕਰੀ ਖਲਾ ਯਾਰ ਸਿੰਗਲ ਓਪਨ ਕਹਿੰਦਾ ਹੈ ਰੂਲ ਦੇ ਮੁਤਾਬਕ ਪੰਜ ਦਾ ਪਲੇ ਕਰੋ ਕਲੋਸ ਕਿਸ ਤਰ੍ਹਾਂ ਲਾ ਰਿਹਾ ਹੈ ਇਹ ਵੀ ਮੈਂ ਆਪਣੇ ਦੋਸਤਾਂ ਨੂੰ ਦੱਸ ਦੇਣਾ ਜਦੋਂ ਯਾਰ ਇਹ 02 ਦਾ ਬ੍ਰੋਕਰ ਲੱਗਿਆ ਇਹਦੀ ਸੇਮ ਪੱਟੀ ਸੀ ਇੱਥੇ ਡਰਾ ਕਰਨਾ ਸੀ ਤੇ ਪਿਛਲੇ ਆਕੜੇ ਦਾ ਆਪਾਂ ਫਰਕ ਲੈਣਾ ਹੈ ਇਹ ਪਿਛਲੇ ਆਕੜੇ ਦਾ ਫਰਕ ਹੈਗਾ 6 ਇਹ ਸਿੰਗਲ ਸਾਡਾ ਕਲੋਸ ਹੈਗਾ ਸੀ ਐਚ 55 ਦਾ ਆਕੜਾ ਲੱਗ ਜਾਂਦਾ ਪੰਜ ਦਾ ਓਪਨ ਦਾ ਫਰਕ 6 ਸੀ ਤੇ 6 ਫਰਕ ਹੀ ਜਾ ਤੇ ক্লোਜ਼ ਲੱਗਣਾ ਸੀ ਦੁਬਾਰਾ ਯਾਰ ਇਹ ਲੱਗਿਆ ਇਹਦੀ ਸੇਮ ਪੱਟੀ ਇੱਥੇ ਆਵਾਂਗੇ ਸੀ ਐ ਸਾਕੜੇ ਦਾ ਫਰਕ ਕਿੰਨਾ ਤਿੰਨ ਸਿੰਗਲ ਸਾਡਾ ਤਿੰਨ ਦਾ ক্লোਜ਼ ਸੀ ਤੇ ਇਹ 53 ਦਾ ਅਕੜਾ ਲੱਗ ਜਾਂਦਾ ਅੱਜ ਯਾਰ 5 ਦਾ ਓਪਨ ਲੱਗਦਾ ਹੈ ਫਰਕ 4 ਹੈ ਸਿੰਗਲ ਸਾਡਾ 4 ਦਾ ক্লোਜ਼ ਹੈ 5 ਦੇ ਓਪਨ ਨਾਲ ਤਵੱਜੂ ਕਰਨੀ ਇਹ ਸੈੱਟ ਛੋਟਾ ਜਿਹਾ ਲੱਗਦਾ ਪਿਆ ਲੇਕਿਨ ਮੈਂ ਯਾਰ ਨਾ ਤਬੀਅਤ ਠੀਕ ਨਹੀਂ ਹੈਗੀ ਮੈਂ ਪੂਰੇ ਐਂਗਲ ਵਖਾ ਨਹੀਂ ਰਿਹਾ ਲੇਕਿਨ ਜੋ ਚੀਜ਼ ਸਹੀ ਸੀ ਨਿਕਲ ਰਹੀ ਨਾ ਮੈਂ ਉਹ ਚੀਜ਼ ਹੀ ਲਿਖ ਤੇ ਆਪਣੇ ਦੋਸਤਾਂ ਦੇ ਸਾਹਮਣੇ ਰੱਖਣ ਲੱਗਿਆ ਤੇ ਵੀ ਇਹ ਠੀਕ ਨਹੀਂ ਆਵਾਜ਼ ਤੋਂ ਵੀ ਮਹਿਸੂਸ ਹੁੰਦਾ ਹੋਵੇਗਾ ਮੇਰੇ ਦੋਸਤਾਂ ਭਾਈਆਂ ਨੂੰ ਇਹ ਕਹਿੰਦਾ ਕਿ 54 ਦਾ ਆਕੜਾ ਫਸਟ ਲੱਗੇ ਜਾਂ ਸੈਕੰਡ ਲੱਗੇ ਨੂੰ ਲੱਗਣਾ ਚਾਹੀਦਾ ਹੈ ਸੈਂਟਰ ਕਿੱਥੋਂ ਲੱਗਦਾ ਆਂਦਾ ਹੈ ਇਹ ਵੀ ਮੈਂ ਆਪਣੇ ਦੋਸਤਾਂ ਨੂੰ ਵਿਖਾ ਦੇਣਾ ਯਾਰ ਜਦੋਂ ਇਹ ਫਰਕ ক্লোਜ਼ ਲੱਗਿਆ 5 ਦੇ ਓਪਨ ਨਾਲ 56 ਦਾ ਆਕੜਾ ਫਿਰ ਯਾਰ 3 ਦੇ ਫਰਕ ਨਾਲ 5 ਦੇ ਉੱਪਰ ਨਾਲ 3 3 ਫਰਕ ਸੀ 3 ਦਾ ক্লোਜ਼ ਲੱਗਿਆ ਅੱਜ ਕਹਿੰਦਾ ਕਿ 4 5 ਦਾ ਓਪਨ 4 ਫਰਕ ਹੈ 4 ਦੇ ক্লোਜ਼ ਨਾਲ ਲੱਗੇ 5 ਦਾ ਓਪਨ ਜੇਸੀ ਕਹਿੰਦਾ ਪੰਜ ਦਾ ਓਪਨ 6 ਦੇ ਫਰਕ ਨਾਲ ক্লোਜ਼ ਫਿਰ 5 ਦਾ ਓਪਨ 3 ਦੇ ਫਰਕ ਨਾਲ ক্লোਜ਼ ਅੱਜ ਯਾਰ ਕਹਿੰਦਾ ਕਿ 4 ਦਾ ਫਰਕ 5 ਦੇ ਓਪਨ ਨਾਲ 6 ਫਰਕ ক্লোਜ਼ 3 ਫਰਕ ক্লোਜ਼ ਅੱਜ ਕਹਿੰਦਾ ਕਿ 4 ਫਰਕ ক্লোਜ਼ ਲਾਓ 5 ਦੇ ਓਪਨ ਨਾਲ ਤੇ 54 ਦਾ ਆਕੜਾ ਹੈ ਸੈਂਟਰ ਕਿੱਥੋਂ ਲੱਗਦਾ ਆਂਦਾ ਯਾਰ ਇਹ ਉੱਤੇ 50 ਪਿਆ ਸੀ ਓਪਨ ਇਹ 5 ਦੀ ਬਾਕੀ ਸਿੰਗਲ ਸਾਡਾ ਸੈਂਟਰ ਸੀ ਯਾਰ ਤੇ ਇਹ ਲੱਗ ਜਾਂਦਾ ਹੈ 56 ਦਾ ਆਕੜਾ 5 ਦਾ ਸੈਂਟਰ ਫਿਰ ਆ ਕੇ ਸੈੱਟ ਲੱਗਿਆ ਇਸ ਦੀ ਸੇਮ ਪਟੇ ਇੱਥੇ ਡਰਾ ਕਰਨਾ ਉੱਤੇ ਇਹ 7 ਪਿਆ ਸੀ ਸਾਡੀ ਬਾਕੀ ਸਿੰਗਲ ਸਾਡਾ ਸੈਂਟਰ ਸੀ ਯਾਰ ਤੇ ਇਹ ਲੱਗ ਜਾਂਦਾ ਹੈ ਤਵੱਜੂ ਕਰਨੀ ਯਾਰ ਬੜਾ ਪਿਆਰਾ ਐਂਗਲ ਹੈ ਮੈਂ ਬਾਅਦ ਤੇ ਐਂਡ ਤੇ ਆਪਣੇ ਦੋਸਤਾਂ ਨੂੰ ਅੱਛੇ ਤਰੀਕੇ ਨਾਲ ਇਹਦਾ ਪੂਰਾ ਸਿਸਟਮ ਸਮਝਾਵਾਂਗਾ ਐ ਜ਼ੀਰੋ ਦੋ ਦਾ ਬ੍ਰੋਕਰ ਇਨ ਦੀ ਸੇਮ ਪੱਟੀ ਇੱਕ ਮਿੰਨਾ ਅੱਗੇ ਸੀ ਡਰਾ ਕਰਨਾ ਸੀ ਉਤਲਾ ਓਪਨ ਹੀ ਉਤਲੇ ਓਪਨ ਦੀ ਬਾਕੀ ਸੈਂਟਰ ਲੱਗਣਾ ਸੀ ਐ ਸਾਕੜੇ ਦਾ ਫਰਕ ਕਲੋਜ਼ ਲੱਗਣਾ ਸੀ ਤੇ ਪੰਜ ਦੇ ਓਪਨ ਨਾਲ ਲੱਗਣਾ ਸੀ ਤੇ ਐ ਪਹਿਲੀ ਦਫਾ ਪੈਕਟ ਲੱਗ ਜਾਂਦੀ ਦੁਬਾਰਾ ਆ ਕੇ ਫੇਰ ਯਾਰਾਂ ਦੀ ਸੇਮ ਪੱਟੀ ਪੰਜ ਦਾ ਓਪਨ ਐ ਫਰਕ ਤਿੰਨ ਸਿਆਕੜੇ ਦਾ 41 ਦਾ ਇਹੀ ਸਾਡਾ ਕਲੋਜ਼ ਹੈਗਾ ਸੀ ਤੇ ਆ ਸਾਦੀ ਬਾਕੀ ਸੈਂਟਰ ਸੀ ਆ ਪੂਰੀ ਪੈਕਟ ਲੱਗ ਜਾਂਦੀ ਯਾਰ ਆਏ ਕਹਿੰਦਾ ਕਿ ਚਾਰ ਦਾ ਫਰਕ ਕਲੋਜ਼ ਲਾਓ 5 ਦੇ ਉੱਪਰ ਨਾਲ ਉੱਤੇ 4 ਪਿਆ ਹੈ ਕਹਿੰਦਾ ਹੈ ਕਿ 4 ਦੀ ਬਾਕੀ ਜਿਹੜੀ ਹੈ ਨਾ ਮੈਂ ਸਿੰਗਲ ਸੈਂਟਰ ਲਾਣੀ ਹੈ 4 ਦੀ ਬਕਾ ਸਿੰਗਲ ਸੈਂਟਰ ਜਿਸ ਤਰੀਕੇ ਨਾਲ ਪਿਛਾ ਇਹ 5 ਦੀ ਬਾਕੀ ਸੈਂਟਰ ਲੱਗਿਆ ਫਿਰ 7 ਦੀ ਬਾਕੀ ਤਿੰਨ ਸੈਂਟਰ ਲੱਗਿਆ ਅੱਜ 4 ਪਿਆ ఓਪਨ ਕਹਿੰਦਾ ਹੈ ਕਿ 4 ਦੀ ਬਾਕੀ 6 ਸਿੰਗਲ ఓਪਨ ਸਾਡਾ ਲੱਗਣਾ ਚਾਹੀਦਾ ਹੈ ਰੂਟ ਦੇ ਮੁਤਾਬਕ ਚੌਥਾ ਫਿੰਗਰ ਵੀ ਇੱਥੋਂ ਹੀ ਲੱਗ ਰਿਹਾ ਹੈ ਔਰ ਮਜ਼ੇ ਦੀ ਗੱਲ ਹੈ ਕਿ ਯਾਰ ਪੰਗੂੜੇ ਦੇ ਵਿੱਚ ਤਿੰਨ ਇੱਕ ਫੈਮਿਲੀ ਦੇ ਫਿੰਗਰ ਫਿਰ ਪੰਗੂਲੇ ਦੇ ਵਿੱਚ ਤਿੰਨ ਇੱਕ ਫੈਮਿਲੀ ਦੇ ਫਿੰਗਰ ਅੱਜ ਵੀ ਯਾਰ ਨਾ ਇੰਜ ਹੋ ਸਕਦਾ ਜੇ ਕਿ ਐਸ 5 ਦੀ ਬਾਕੀ ਚੌਥਾ ਫਿੰਗਰ ਲੱਗਣਾ ਸੀ ਤੇ ਇਹ ਲੱਗ ਜਾਂਦਾ ਫਿਰ ਯਾਰ ਐਸ 3 ਦੀ ਬਾਕੀ ਚੌਥਾ ਫਿੰਗਰ ਲੱਗਣਾ ਸੀ ਤੇ ਇਹ ਲੱਗ ਜਾਂਦਾ ਅੱਜ ਯਾਰ ਅਸੀਂ 6 ਦਾ ਸੈਂਟਰ ਲਾਣੇ ਤੇ ਇਹਦਾ ਇਹਦੀ ਬਾਕੀ ਚੌਥਾ ਫਿੰਗਰ ਲੱਗ ਸਕਦਾ ਹੈ ਤਵੱਜੂ ਕਰਨੀ ਹੈ 0 2 ਦਾ ਬ੍ਰੋਕਰ ਸਾਹਮਣੇ ਇੱਕ ਦਾ ਸੈਂਟਰ ਇਹਦੀ ਸੇਮ ਪੱਟੀ ਤੇ ਜਿਹੜਾ ਫਰਕ ਆਕੜੇ ਦਾ ਇਹੀ ਸਾਡਾ ਕਲੋਜ਼ 5 ਦੇ ਓਪਨ ਨਾਲ ਇਹ 5C5 ਦੀ ਬਾਕੀ ਸਿੰਗਲ ਸੈਂਟਰ ਸੀ ਤੇ ਸੈਂਟਰ ਦੀ ਬਾਕੀ ਸਿੰਗਲ ਚੌਥਾ ਫਿੰਗਰ ਸੀ ਯਾਰ ਤੇ 555 ਦਾ PC ਪਹਿਲੀ ਦਫਾ ਲੱਗ ਜਾਂਦਾ ਯਾਰ ਹਰ ਚੀਜ਼ ਇੱਕੋ ਜਗਾ ਤੋਂ ਵਹਾਈਏ ਯਾਰ ਤੇ ਰੂਟ ਔਰ ਸਰਚ ਤੇ ਕੋਸ਼ਿਸ਼ ਦੇ ਮੁਤਾਬਕ ਵਹਾਈਏ ਕਿਉਂਕਿ ਕੱਲੀ ਚੀਜ਼ ਹਰ ਬੰਦੇ ਦੇ ਵਾਸਤੇ ਰੋਗ ਨਹੀਂ ਹੈਗਾ ਕਿ ਕੱਲੀ ਚੀਜ਼ ਹੀ ਲੈ ਕੇ ਠਾਲ ਦੇਣੀ ਕਿ ਯਾਰ ਐਂਜ ਲੱਗਣੀ ਚਾਹੀਦੀ ਐਸ 02 ਦਾ ਬ੍ਰੋਕਰ ਇਹ ਇੱਕ ਦਾ ਸੈਂਟਰ ਇਹਦੀ ਸੇਮ ਪੱਟੀ ਦਾ ਜਿਹੜਾ ਅਕੜੇ ਦਾ ਫਰਕ ਹੈ ਇਹ ਸਾਡਾ ਕਲੋਜ਼ 5 ਦੇ ਓਪਨ ਨਾਲ ਇਹ ਸਾਡਾ ਕਲੋਜ਼ ਲੱਗਣਾ ਸੀ ਇਹ 7 ਦੀ ਬਾਕੀ 3 ਦਾ ਸੈਂਟਰ ਲੱਗਣਾ ਸੀ 3 ਦੀ ਬਾਕੀ 7 ਚੌਥਾ ਫਿੰਗਰ ਲੱਗਣਾ ਸੀ ਤੇ ਇਹ 53 37 ਦੀ ਪੀਸੀ ਲੱਗ ਜਾਂਦੀ ਅੱਜ ਯਾਰ ਕਹਿੰਦਾ ਕਿ ਇਹ 02 ਦਾ ਬ੍ਰੋਕਰ ਹੈ ਇਹ ਇੱਕ ਦਾ ਸੈਂਟਰ ਇਹਦੀ ਸੇਮ ਪੱਟੀ ਤੇ ਫਰਕ ਅਕੜੇ ਦਾ 4 ਹੈ ਕਹਿੰਦਾ 4 ਦਾ ਕਲੋਜ਼ 5 ਦਾ ਓਪਨ 4 ਦੀ ਇਹ 4 ਓਪਨ ਲੱਗਾ ਹਲਾ 4 ਦੀ ਬਾਕੀ 6 ਸਿੰਗਲ ਸਾਡਾ ਸੈਂਟਰ ਤੇ ਸੈਂਟਰ ਦੀ ਬਾਕੀ ਸਿੰਗਲ ਸਾਈਡ ਦਾ ਚੌਥਾ ਫਿੰਗਰ ਅਗਰ ਆਪਾਂ 6 ਦਾ ਸੈਂਟਰ ਲਾਣੇ ਆ ਤੇ 6 ਦੀ ਬਾਕੀ ਚੌਥਾ ਫਿੰਗਰ ਲਾਣੇ ਆ ਤੇ ਪੀਸੀ ਕੀ ਬਣੇਗਾ ਯਾਰ ਇਹ ਸਿੰਗਲ ਪੀਸੀ ਯਾਰ ਅਗਰ ਕਿਸੇ ਦੋਸਤ ਦੀ ਸਮਝ ਵਿੱਚ ਆ ਜਾਵੇ ਨਾ ਤੇ ਇਹਨੂੰ ਪਲੇ ਕਰਨਾ ਹੈ ਅਦਰਵਾਈਜ਼ ਇਗਨੋਰ ਕਰ ਦੇਣਾ ਹੈ ਛੋੜ ਦੇਣਾ ਹੈ ਮੇਰਾ ਕੰਮ ਸੀ ਯਾਰ ਇੱਕ ਰੂਟ ਲੱਗਿਆ ਖੜਾ ਸੀ ਤੇ ਬਸ ਮੇਰੇ ਦਿਲ ਕਰਿਆ ਕਿ ਯਾਰ ਭਾਵੇਂ ਛੋਟਾ ਵੀ ਹੈ ਨਾ ਰੂਟ ਇਹ ਮੈਂ ਆਪਣੇ ਦੋਸਤਾਂ ਦੀ ਨਜ਼ਰ ਕਰ ਦੇਵਾਂ ਸ਼ਾਇਦ ਹੋ ਸਕਦਾ ਯਾਰ ਕਿਸੇ ਦੇ ਨਸੀਬ ਚ ਹੋਵੇ ਕਿ ਇਸੇ ਤਰੀਕੇ ਨਾਲ ਸਿੱਧਾ ਹੀ ਲੱਗ ਜਾਵੇ ਕਿਉਂਕਿ ਪਹਿਲੇ ਵੀ ਤਿੰਨ ਫਿੰਗਰ ਇੱਕ ਫੈਮਿਲੀ ਦੇ ਉਹਨੇ ਮਾਰੇ ਨੇ ਦੁਬਾਰਾ ਫਿਰ ਤਿੰਨ ਫਿੰਗਰ ਮਾਰੇ ਨੇ ਇੱਕ ਫੈਮਿਲੀ ਦੇ ਅੱਜ ਫਿਰ ਇੱਕ ਫੈਮਿਲੀ ਬਣੀ ਖਲੀ ਯਾਰ ਪਿਛਲੇ ਤਿੰਨ ਫਿੰਗਰ ਇੱਕ ਫੈਮਿਲੀ ਬਣੀ ਖਲੀ 1649 ਦੀ ਇਹ ਸਾਡੇ ਕੋਲ ਸਿੰਗਲ ਚੌਥਾ ਫਿੰਗਰ ਯਾਰ ਗਿਆ ਅਬਦਿਲਮਤੱਲਾ ਦੀ ਇੱਜ਼ਾਤ ਜਾਂਦੀ ਹੈ ਸੜਕਾਂ ਵਿੱਚ ਕੋਸ਼ਿਸ਼ ਸਰਚ ਮਿਹਨਤ ਕਰਕੇ ਆਪਣੇ ਦੋਸਤਾਂ ਦੇ ਸਾਹਮਣੇ ਰੱਖਣਾ ਤੇ ਆਖਰੀ ਵੀਡੀਓ ਮੇਰੇ ਦੋਸਤਾਂ ਨੇ ਵੇਖਣੀ ਹੈ ਇਨਸ਼ਾਅੱਲਾ ਮਜ਼ਾ ਆਏਗਾ ए सिंगल पीसी यार अगर किसी दोस्ती समझ आ जाए जा जा तेन प्ले करना अदरवाइज इग्नोर कर देना छोड़ देना अल्लाह तुगण इंशाल्लाह फाइनल वीडियो बड़ी प्यारी बहुत ज़बरदस्त अपने दोस्तों ना शेयर करांगा। और उन्होंने तक इजाजत दो अल्लाह हाफिज